ਅਮਰੀਕਾ ਵਿੱਚ ਸਿੱਖ ਕੌਮ ਦੇ ਇਤਿਹਾਸ ਵਿੱਚ ਉਸ ਵੇਲੇ ਇੱਕ ਸੁਨਹਿਰੀ ਪੰਨਾ ਜੁੜ ਗਿਆ ਜਦੋਂ ਪਹਿਲੀ ਵਾਰ ਅਮਰੀਕਨ ਕਾਂਗਰਸ ਦਾ ਸੈਸ਼ਨ ਸਿੱਖ ਅਰਦਾਸ ਦੇ ਨਾਲ ਸ਼ੁਰੂ ਹੋਇਆ। ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਇਸ ਦੀ ਸੇਵਾ ਜਸਵਿੰਦਰ ਸਿੰਘ ਨੇ ਨਿਭਾਈ ਜੋ ਕਿ ਗੁਰਦੁਆਰਾ ਸਾਹਿਬ ਪਾਈਨ ਹਿੱਲ ਨਿਊ ਜਰਸੀ ਵਿੱਚ ਬਤੌਰ ਗ੍ਰੰਥੀ ਸੇਵਾ ਨਿਭਾਉਂਦੇ ਨੇ। ਅਮਰੀਕਨ ਕਾਂਗਰਸ ਵਿੱਚ ਅਰਦਾਸ ਸਮਾਗਮ ਆਯੋਜਿਤ ਕਰਨ ਲਈ ਨਿਊ ਜਰਸੀ ਦੇ ਕਾਂਗਰਸਮੈਨ ਡੋਨਲਡ ਨੋਕਰੋਸ, ਸਿੱਖ ਕੌਕਸ ਤੋਂ ਡਾਕਟਰ ਪ੍ਰਿਤਪਾਲ ਸਿੰਘ ਅਤੇ ਨਿਊ ਜਰਸੀ ਤੋਂ ਸਿੱਖ ਕੌਮ ਦੀ ਜਾਣੀ ਪਛਾਣੀ ਸ਼ਖਸੀਅਤ ਭਾਈ ਹਰਜਿੰਦਰ ਸਿੰਘ ਪਾਈਨ ਹਿੱਲ ਅਤੇ ਜੁਗਰਾਜ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਅਰਦਾਸ ਸਮਾਗਮ ਵਿੱਚ ਨਿਊ ਜਰਸੀ ਅਤੇ ਨਿਊਯਾਰਕ ਤੋਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਹ ਪਹਿਲੀ ਵਾਰ ਸੀ ਕਿ ਅਰਦਾਸ ਸਮਾਗਮ ਦੌਰਾਨ ਗੈਲਰੀ ਵਿੱਚ ਮੌਜੂਦ ਸੰਗਤ ਵਿੱਚ ਬੀਬੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਨਜ਼ਰ ਆਈ। ਅਰਦਾਸ ਉਪਰੰਤ ਨਿਊ ਜਰਸੀ ਦੇ ਕਾਂਗਰਸਮੈਨ ਡੋਨਲਡ ਨੋਕਰੋਸ ਨੇ ਭਾਰਤ ਕੈਨੇਡਾ ਸੰਬੰਧਾਂ ਵਿੱਚ ਚੱਲਦੇ ਤਣਾਅ ਉੱਤੇ ਅਮਰੀਕਾ ਦਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਅਮਰੀਕਾ ਲਿਖਣ ਅਤੇ ਬੋਲਣ ਦੇ ਅਧਿਕਾਰਾਂ ਅਤੇ ਆਪਣੇ ਨਾਗਰਿਕਾਂ ਦੀ ਰੱਖਿਆ ਦਾ ਝੰਡਾ ਬਰਦਾਰ ਹੈ। ਉਹ ਕੈਨੇਡਾ ਦੇ ਆਪਣੇ ਨਾਗਰਿਕਾਂ ਦੀ ਰੱਖਿਆ ਦੇ ਸੰਕਲਪ ਦਾ ਭਰਪੂਰ ਸਮਰਥਨ ਕਰਦਾ ਹੈ। ਕੁੱਲ ਮਿਲਾ ਕੇ ਇਹ ਸਮਾਗਮ ਕਾਫੀ ਜ਼ਿਆਦਾ ਸਫਲ ਸਾਬਤ ਹੋਇਆ ਅਤੇ ਇਸ ਦੇ ਨਾਲ ਅਮਰੀਕਾ ਵਸਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।